ਵੱਡੇ ਭਾਗ ਚੜਿਆ ਸਾਨੂੰ ਗੁਰੂ ਦੇ ਦੀਦਾਰ ਹੋ ਰਹੇ। ਆਪਾਂ ਸਾਰੇ ਕਾਰ ਵਿਹਾਰ ਵਾਲੇ ਬੈਠੇ, ਆਪਾਂ ਸਾਰੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਬੈਠੇ। ਮੈਨੂੰ ਤੇਰੇ ਦੀਦਾਰ ਹੋਣਗੇ ਪੜੇ ਹੋਣੇ ਯੋਗਦਾਨ ਪਾ ਕੇ ਸਾਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੈ ਕਿ ਸਾਡਾ ਇੱਕ ਦੋਸਤ ਮਿੱਤਰ ਸਾਰੇ ਰਲ ਮਿਲ ਕੇ ਅਸੀਂ ਇਹ ਹਰ ਸਾਲ ਦੀ ਤਰ੍ਹਾਂ ਸਮਾਗਮ ਜਿਹੜਾ ਛੇਵਾਂ ਬਹੁਤ ਹੀ ਵਧੀਆ ਢੰਗ ਨਾਲ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਕਰਵਾਇਆ। ਇਹ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਤਿਆਰੀਆਂ ਕਰਦਿਆਂ ਨੂੰ? ਸਾਨੂੰ ਤਕਰੀਬਨ ਇੱਕ ਹਫ਼ਤਾ ਹੋ ਗਿਆ ਜੀ, ਇਹ ਲਗਾਤਾਰ ਤਿਆਰੀਆਂ ਚੱਲ ਰਹੀਆਂ ਜੀ। ਤੋ ਅੱਜ ਜਿਸ ਤਰ੍ਹਾਂ ਬਾਬਾ ਜੀ ਦੇ ਪ੍ਰਕਾਸ਼ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਲਿਆਂਦੇ ਗਏ, ਇਸ ਤੋਂ ਇਲਾਵਾ ਹੋਰ ਕਿਹੜੇ ਜਿਹੜੇ ਹੈਗੇ ਆ ਕਥਾ ਕੀਰਤਨੀਏ ਇੱਥੇ ਪਹੁੰਚੇ ਆਪਣੇ? ਇੱਥੇ ਸਾਡੇ ਇਕਬਾਲ ਸਿੰਘ ਭਾਈ ਲੰਗਿਆਣੇ ਵਾਲੇ, ਉਹਨਾਂ ਨੇ ਇੱਥੇ ਕਥਾ ਕਰਕੇ ਭਾਈ ਸਾਹਿਬ ਹੋਰਾਂ ਨੇ ਜੋ ਵੀ ਇੱਥੇ ਗੁਰੂ ਸਾਹਿਬਾਨ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਸਾਰੀ ਵਿਆਖਿਆ ਸਹਿਤ ਸਾਨੂੰ ਅੱਜ ਇਹਨਾਂ ਦੀ ਜੀਵਨੀ ਬਾਰੇ ਦਰਸਾਇਆ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਆਪਣੇ ਹੁਣ ਮੁਹੱਲੇ ਦੇ ਵਿੱਚ 10 ਰੋਜ਼ਾ ਦਸਤਾਰ ਕੈਂਪ ਲਵਾ ਰਹੇ ਹਾਂ, ਜਿਸ ਵਿੱਚ ਅਸੀਂ ਮੁਫਤ ਪੱਗਾਂ ਦੇ ਕੇ ਔਰ ਕੈਂਪ ਲਵਾ ਕੇ ਜਿਹੜੇ ਬੱਚੇ ਪੱਗ ਸਿੱਖਣਾ ਚਾਹੁੰਦੇ ਹੋਣ ਉਹਨਾਂ ਨੂੰ ਅਸੀਂ ਸਿਖਲਾਈ ਵਾਸਤੇ ਕੈਂਪ ਲਗਾ ਰਹੇ ਹਾਂ 10 ਦਿਨਾਂ ਦਾ।
ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਜੀ, ਪਰ ਜਿਸ ਤਰ੍ਹਾਂ ਬੱਚੇ ਜਿਹੜੇ ਹੈਗੇ ਨਸ਼ਿਆਂ ਦੇ ਵਿੱਚ ਫਸੇ ਹੈਗੇ ਆ, ਨਸ਼ਿਆਂ ਦੇ ਵਿੱਚੋਂ ਕੱਢਣ ਵਾਸਤੇ ਵੀ ਤੁਹਾਡੇ ਕੋਈ ਜੋ ਸੰਸਥਾ ਹੈਗੀ ਆ ਜਾਂ ਮਹੱਲਾ ਵਾਸੀ ਇਹ ਮਦਦ ਕਰਦੇ ਆ? ਬਿਲਕੁਲ ਜੀ, ਮੇਰੇ ਨਾਲ ਪੂਰਾ ਤਣੋ ਮਣੋ ਮੇਰੇ ਨਾਲ ਮੇਰੇ ਭਰਾ ਖੜ੍ਹਦੇ ਹਨ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਦੇ ਸਹਾਰੇ ਹੀ ਅਸੀਂ ਜੋ ਵੀ ਕੰਮ ਉਲੀਕਦੇ ਹਾਂ ਇਹ ਹਾਂ ਵਿੱਚ ਹਾਂ ਮਿਲਾਉਂਦੇ ਹਾਂ। ਮਹੱਲਾ ਵਾਸੀਆਂ ਦੀ ਕਿਸ ਤਰ੍ਹਾਂ ਦੀ ਤੁਹਾਨੂੰ ਮਦਦ ਮਿਲਦੀ ਹੈ? ਮਹੱਲਾ ਅਨੁਵਾਦੀਆਂ ਦੀ ਇੱਕ ਪਰਿਵਾਰਕ ਤੌਰ 'ਤੇ ਜਿਵੇਂ ਕਿ ਇੱਕ ਪਰਿਵਾਰ ਆ ਉਵੇਂ ਹੀ ਮਦਦ ਕਰਦੇ ਆ, ਉਹਨੂੰ ਬੜੇ ਖੁਸ਼ੀ ਢੰਗ ਖੁਸ਼ ਹੋ ਕੇ ਔਰ ਪੂਰਾ ਸਹਿਯੋਗ ਦਿੰਦੇ ਹਨ। ਜਿਸ ਤਰ੍ਹਾਂ ਸਾਨੂੰ ਪਤਾ ਹੈ ਵੀ ਇੱਥੋਂ ਦੇ ਕੁਛ ਜਿਹੜੇ ਹੈਗੇ ਆ ਵਾਸੀ ਕੁਛ ਬਾਹਰ ਫੋਰਨ ਕੰਟਰੀ ਰਹਿੰਦੇ ਆ, ਉਹਨਾਂ ਵੱਲੋਂ ਵੀ ਕੋਈ ਸਹਿਯੋਗ ਮਿਲਦਾ? ਐਨ ਆਰ ਆਈ ਵੱਲੋਂ, ਭਰਾਵਾਂ ਵੱਲੋਂ ਬਹੁਤ ਬਹੁਤ ਉਹਨਾਂ ਦੇ ਨਾਲੇ ਧੰਨਵਾਦ, ਉਹ ਸਾਨੂੰ ਪੂਰੀ ਮਦਦ ਦਿੰਦੇ ਆ ਔਰ ਉਹ ਸਾਨੂੰ ਹੋਰ ਉਤਸ਼ਾਹ ਕਰਦੇ ਹਨ ਕਿ ਸਾਲ ਜਿੱਥੇ ਅਸੀਂ ਦੋ ਪ੍ਰੋਗਰਾਮ ਕਰਾਉਣ ਉੱਥੇ ਚਾਰ ਕਰਵਾਓ, ਔਰ ਸਾਨੂੰ ਪੂਰਾ ਸਹਿਯੋਗ ਦੇਣ ਵਾਸਤੇ ਵੀ ਤਿਆਰ ਰਹਿੰਦੇ ਆ। ਜੋ ਨੌਜਵਾਨ ਤੁਹਾਨੂੰ ਘਰਾਂ 'ਚ ਸੁਣ ਰਹੇ ਆ ਔਰ ਸਿੱਖੀ ਜਿਹੜਾ ਹੈਗਾ ਉਹ ਸਰੂਪ ਦੇ ਨਾਲ ਜੁੜਨਾ ਚਾਹੁੰਦੇ ਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਇੱਕ ਦਸਤਾਰ ਸਿਖਲਾਈ ਕੈਂਪ ਜਿਹੜਾ ਹੈਗਾ ਲਗਾਉਣਾ ਚਾਹੁੰਦੇ ਆ, ਉਹਦੇ ਵਾਸਤੇ ਕੀ ਅਪੀਲ ਕਰਨੀ ਚਾਹੁੰਦੇ ਹੋ? ਕਿੱਥੇ ਸੰਪਰਕ ਕਰਨ ਤੁਹਾਡੇ ਨਾਲ ਜਿਨ੍ਹਾਂ ਨੇ ਪੱਗਾਂ ਬੰਨਣੀਆਂ ਸਿੱਖਣੀਆਂ ਜਾਂ ਸਿੱਖੀ ਸਰੂਪ ਦੇ ਨਾਲ ਜਿਹੜਾ ਹੈਗਾ ਜੁੜਨਾ ਹੈ? ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਆਪਾਂ ਗੁਰੂ ਸਾਹਿਬਾਨ ਦੇ ਚੱਲੇ ਹੋਏ ਕਦਮਾਂ ਉਹਨਾਂ ਦੇ ਦਰਸਾਏ ਹੋਏ ਰਾਸਤੇ ਉੱਤੇ ਚੱਲੀਏ, ਅਤੇ ਜਿਹੜੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੇ ਉੱਪਰ ਡੁੱਲੀ ਹੋਈ ਹੈ ਜਾਂ ਨਸ਼ਿਆਂ ਦੇ ਵਿੱਚ ਡੁੱਬ ਚੁੱਕੀ ਆ, ਉਹ ਆਪਣੇ ਆਪ ਨੂੰ ਥੋੜ੍ਹਾ ਇਹ ਚੀਜ਼ ਵੱਲ ਜਾਣ, ਸਮਾਜ ਨੂੰ ਥੋੜ੍ਹਾ ਜਿਹਾ ਤਾਂ ਚੱਕਣੇ 'ਚ ਸਹਿਯੋਗ ਦੇਣ ਔਰ ਗੁਰੂ ਸਾਹਿਬ ਦੇ ਚੱਲੇ ਰਾਸਤਿਆਂ 'ਤੇ ਚੱਲਣ। ਜੋ ਜੋ ਦਸਤਾਰ ਸਿਖਲਾਈ ਵਾਲੇ ਆ ਉਹ ਕਿੱਥੇ ਸੰਪਰਕ ਕਰਨ ਤੁਹਾਨੂੰ? ਜਿਹੜੇ ਦਸਤਾਰ ਸਿਖਲਾਈ ਵਾਲੇ ਚਾਹੇ ਤਾਂ ਸਾਡੇ ਮੁਹੱਲੇ ਦੇ ਵਿੱਚ ਇੱਕ ਮੇਰੇ ਨਾਲ ਵੀ ਸੰਪਰਕ ਕਰ ਸਕਦੇ, ਮੈਂ 24 ਘੰਟੇ ਦੁਕਾਨ 'ਤੇ ਹਾਜ਼ਰ ਰਹਿੰਦਾ। ਬਾਕੀ ਇੱਕ ਸਾਡੇ ਹੋਰ 2-4 ਵੀਰ ਹੈਗੇ ਆ, ਉਹਨਾਂ ਦੇ ਅਸੀਂ ਐਡਰੈਸ ਇਹਨਾਂ ਨੂੰ ਲਾਈਵ ਥੋੜ੍ਹਾ ਜਿਹਾ ਤੁਹਾਨੂੰ ਦੇ ਦਾਂਗੇ ਤੁਹਾਨੂੰ ਔਰ ਤੁਸੀਂ। ਅਤੇ ਅੱਜ ਦਾ ਜੋ ਪ੍ਰੋਗਰਾਮ ਸਮਾਗਮ ਹੋਇਆ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਪ੍ਰਬੰਧ ਸੀ, ਕੀ ਖਾਣ ਪੀਣ ਨੂੰ ਜਿਹੜਾ ਹੈਗਾ ਉਹ ਸੰਗਤ ਵਾਸਤੇ ਕੀਤਾ ਗਿਆ ਸੀ ਅੱਜ? ਇਹ ਸਾਰੇ ਮੁਹੱਲੇ ਦੇ ਸਹਿਯੋਗ ਨਾਲ ਜੀ ਇੱਥੇ ਕੌਫੀ ਦਾ ਲੰਗਰ ਵੀ ਲਗਾਇਆ ਗਿਆ, ਦੁੱਧ ਦਾ ਵੀ ਲੰਗਰ ਲਗਾਇਆ ਗਿਆ, ਮੱਠੀ ਬਿਸਕੁਟ ਸੀ, ਉਸ ਤੋਂ ਬਾਅਦ ਫਿਰ ਲੰਗਰ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਸਾਰਾ ਵਰਤਾਇਆ ਗਿਆ ਔਰ ਸੰਗਤ ਨੇ ਬਹੁਤ ਹੀ ਤਨ ਮਨ ਨਾਲ ਸੇਵਾ ਵੀ ਕੀਤੀ ਹੈ ਔਰ ਲੰਗਰ ਪ੍ਰਸ਼ਾਦਾ ਛਕ ਕੇ ਗਏ ਆ। ਜੋ ਅੱਜ ਇੱਥੇ ਲੰਗਰ ਛਕਾਇਆ ਗਿਆ ਉਹਦੇ ਵਿੱਚ ਜੋ ਪ੍ਰਸ਼ਾਦੇ ਸੀਗੇ ਉਹ ਸਪੈਸ਼ਲ ਜਿਹੜੇ ਹੈਗੇ ਤਿਆਰ ਕਰਵਾਏ ਗਏ ਸੀ ਤੁਹਾਡੇ ਵੱਲੋਂ? ਬੀਬੀਆਂ ਸਾਡੀਆਂ ਹਰ ਸਾਲ ਸਾਡੀਆਂ ਜਲੰਧਰ ਤੋਂ ਆਉਂਦੀਆਂ ਹਨ ਜੋ ਪ੍ਰਸ਼ਾਦਾ ਤਿਆਰ ਕਰਦੀਆਂ। ਚਲੋ ਜੀ, ਬਹੁਤ ਬਹੁਤ ਤੁਹਾਡਾ, ਇਸੇ ਤਰ੍ਹਾਂ ਤੁਹਾਡੀ ਜਿਹੜੀ ਸੰਸਥਾ ਹੈਗੀ ਆ ਉਹ ਅੱਗੇ ਕੰਮ ਕਰਦੀ ਰਹੇ ਔਰ ਲੋਕਾਂ ਤੱਕ ਤੁਹਾਡਾ ਜਿਹੜਾ ਸੁਨੇਹਾ ਹੈ ਉਹ ਪਹੁੰਚਦਾ ਰਹੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ ਜੀ।
ਚੜਿਆ ਗਿਆ ਸਾਨੂੰ ਗੁਰੂ ਦੇ ਦਰਬਾਰ ਹੋ ਰਹੇ। ਆਪਾਂ ਸਾਰੇ ਪਿਆਰ ਵਿਹਾਰ ਵਾਲੇ ਬੈਠੇ, ਆਪਾਂ ਸਾਰੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਬੈਠੇ, ਮੈਨੂੰ ਤੇਰੇ ਦਰਬਾਰ ਹੋ ਕੇ ਪੜੇ ਹੋਏ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।